मनप्रीत जी, सुप्रीम कोर्ट वालों स्टे हटाए जाण तो बाद हुण पंजाब सरकार ने भी गुरमीत राम रहीम के खिलाफ बेअदबी के 3 मामलों के विच कानूनी कार्रवाई की इजाजत दे दी है। दरअसल 3 केसां दे विच नामजद सी जदों SPS परमार अजकल एडिशनल डायरेक्टर जनरल ऑफ पुलिस ने ADGP ने एक स्पैशल इन्हां दी टीम बनाई गई सी SIT जिहनूं कहिंदे आ। उसने इन्हां नूं मार्च दे महीने सन 2022 दे विच बल्कि जुलाई दे विच तां उन्हां ने मुख्यमंत्री नूं इह रिपोर्ट दे भी दित्ती सी, पर क्योंकि राह नहीं सी पधरा हो रहा। हुण उन्हां 3 केसां दे विच मुकदमा चलेगा इस गुरमीत राम रहीम ते या सिरसा डेरा मुखी ते। एक मामला सन 2015 दी गल आ, ਉਹ ਹੋਇਆ ਸੀ 1 ਜੂਨ ਨੂੰ ਜਦੋਂ ਪਿੰਡ ਜਵਾਹਰ ਸਿੰਘ ਬੁਰਜ ਜਵਾਹਰ ਸਿੰਘ ਵਾਲਾ ਉੱਥੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਗਾਇਬ ਹੋ ਗਿਆ ਸੀ, ਚੋਰੀ ਹੋ ਗਿਆ ਸੀ, ਉਹ ਵੀ ਇਲਜ਼ਾਮ ਇਸ ਤੇ ਆਉਂਦਾ ਕਿ ਇਹ ਮੁੱਖ ਸਾਜਿਸ਼ ਕਰਤਾ। ਦੂਸਰੀ ਘਟਨਾ ਵਾਪਰਦੀ ਹੈ ਜਾ ਕੇ 24-25 ਸਤੰਬਰ ਨੂੰ ਉਸੇ ਸਾਲ ਦੇ ਵਿੱਚ ਜਦੋਂ ਇੱਕ ਗੁਰਦੁਆਰੇ ਦੇ ਬਾਹਰ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਇੱਕ ਪੋਸਟਰ ਲੱਗ ਗਏ ਸੀ ਕਿ ਦੇਖੋ ਜੀ ਸਿੱਖ ਭਾਈਚਾਰੇ ਦੇ ਖਿਲਾਫ ਕਾਰਵਾਈ ਕੀਤੀ ਜਾਵੇ, ਇਹਨਾਂ ਦੇ ਖਿਲਾਫ ਬਦਲਾ ਲਿਆ ਜਾਵੇ, ਇਸ ਤਰ੍ਹਾਂ ਦੀਆਂ ਗੱਲਾਂ। ਔਰ ਉਸ ਤੋਂ ਬਾਅਦ ਅਕਤੂਬਰ ਦੇ ਮਹੀਨੇ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਫੇਰ ਪੋਸਟਰ ਲੱਗਦੇ ਨੇ। ਇਹ 3 ਕੇਸ ਨੇ। ਚੈਲੰਜ ਪੰਜਾਬ ਸਰਕਾਰ ਲਈ ਜਾਂ SIT ਲਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਲਈ ਵਾਸੂ ਜੀ ਇਹ ਰਹੇਗਾ ਕਿ ਠੀਕ ਹੈ, ਤੁਸੀਂ ਆਪਣੀ ਤਫਤੀਸ਼ ਦੇ ਵਿੱਚ ਤਾਂ ਤਮਾਮ ਤਰ੍ਹਾਂ ਦੇ ਇਲਜ਼ਾਮ ਲਾਤੇ, ਇਸ ਸਿਰਸਾ ਡੇਰਾ ਮੁਖੀ ਨੂੰ ਤੁਸੀਂ ਮੁੱਖ ਦੋਸ਼ੀ ਬਣਾਤਾ, ਪਰ ਕੀ ਤੁਸੀਂ ਅਦਾਲਤ ਦੇ ਵਿੱਚ ਜਾ ਕੇ ਇਹ ਸਾਬਿਤ ਕਰ ਪਾਓਗੇ? ਹੁਣ ਤੁਸੀਂ ਦੇਖੋ, ਜਦੋਂ ਆਪਾਂ ਇਹ ਗੱਲ ਕਰ ਰਹੇ ਹਾਂ, ਭਾਰਤੀ ਜਨਤਾ ਪਾਰਟੀ ਨੇ 5 ਅਕਤੂਬਰ ਨੂੰ ਇਹਨੂੰ 20 ਦਿਨਾਂ ਦੀ ਪੈਰੋਲ ਦਿੱਤੀ ਸੀ, ਤੇ ਹੁਣ ਵੀ ਗੁਰਮੀਤ ਰਾਮ ਰਹੀਮ ਜਿਹੜਾ ਕਿ ਇੱਕ ਬਲਾਤਕਾਰੀ ਆ ਜਾਂ ਇੱਕ ਕਾਤਿਲ ਆ, ਇਹਨੂੰ ਸਜ਼ਾ ਹੋਈ ਹੋਈ ਆ, ਇਹ ਲੇਕਿਨ ਬਾਹਰ ਫਰਲੋ ਤੇ ਆ ਕਿਉਂਕਿ 20 ਦਿਨਾਂ ਦੀ ਇਹਨੂੰ ਫਰਲੋ ਮਿਲੀ ਸੀ। ਪੰਜਾਬ ਸਰਕਾਰ ਲਈ ਇਹ ਬਹੁਤ ਵੱਡਾ ਚੈਲੰਜ ਹੋਏਗਾ। ਸਾਡੀ ਨਜ਼ਰ ਰਹੇਗੀ ਕਿ ਕੀ ਇਹ ਸਾਰਾ ਕੁਝ ਸਾਬਿਤ ਵੀ ਹੁੰਦਾ ਜਾਂ ਕੇਵਲ ਖੋਖਲੇ ਵਾਅਦੇ ਨੇ। ਜੀ ਵਾਸੂ ਜੀ, ਤੇ ਮਨਪ੍ਰੀਤ ਜੀ, ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਦੀ ਡਿਗਰੀ ਨੂੰ ਲੈ ਕੇ ਜੋ ਟਿੱਪਣੀ ਕੀਤੀ ਸੀ ਉਹਨੂੰ ਲੈ ਕੇ ਅਰਵਿੰਦ ਕੇਜਰੀਵਾਲ ਦੇ ਖਿਲਾਫ ਮਾਨਹਾਨੀ ਦਾ ਕੇਸ ਚੱਲਦਾ, ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਦੀ ਅਰਜ਼ੀ ਰਿਜੈਕਟ ਕਰਤੀ ਹੈ। ਬਿਲਕੁਲ, ਦੇਖੋ ਅਰਵਿੰਦ ਕੇਜਰੀਵਾਲ ਗਏ ਸੀ ਸੁਪਰੀਮ ਕੋਰਟ ਦੇ ਵਿੱਚ ਕਿ ਦੇਖੋ ਜਿਹੜਾ ਮਾਨਹਾਨੀ ਦਾ ਮੇਰੇ ਤੇ ਮੁਕੱਦਮਾ ਹੋਇਆ, ਕੰਟੈਂਪਟ ਹੋਈ ਆ, ਇਹ ਬਿਲਕੁਲ ਗਲਤ ਆ ਤੇ ਇਹਨੂੰ ਖਾਰਜ ਕਰ ਦੇਣਾ ਚਾਹੀਦਾ। ਸੁਪਰੀਮ ਕੋਰਟ ਨੇ ਇਹ ਗੱਲ ਕਹੀ ਆ ਕਿ ਅਸੀਂ ਇਸ ਮਾਮਲੇ ਦੇ ਵਿੱਚ ਦਖਲ ਨਹੀਂ ਦੇਣਾ। ਮੈਂ ਤੁਹਾਨੂੰ ਇੱਥੇ ਇਹ ਵੀ ਦੱਸਦਾ ਕਿ ਅਪ੍ਰੈਲ ਦੇ ਮਹੀਨੇ ਦੇ ਵਿੱਚ ਇਸੇ ਸਾਲ ਸੰਜੇ ਸਿੰਘ ਜੋ ਇਹਨਾਂ ਦੇ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਵੀ ਨੇ, ਉਹਨਾਂ ਦੀ ਵੀ ਇਸੇ ਤਰ੍ਹਾਂ ਦੀ ਅਰਜ਼ੀ ਲਾਈ ਗਈ ਸੀ, ਉਹ ਵੀ ਪਹਿਲਾਂ ਖਾਰਜ ਕਰ ਦਿੱਤੀ ਗਈ ਸੀ। ਇਹਨਾਂ ਦੇ ਮੁਕੱਦਮਾ ਇਸ ਕਰਕੇ ਹੋਇਆ ਸੀ ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਡਿਗਰੀ ਤੇ ਸਵਾਲ ਖੜੇ ਹੋਏ ਸੀ। ਇਸੇ ਭਾਰਤੀ ਜਨਤਾ ਪਾਰਟੀ ਨੇ ਉਹਨਾਂ ਦਿਨਾਂ ਦੇ ਵਿੱਚ ਅਮਿਤ ਸ਼ਾਹ ਨੇ ਤੇ ਇਸੇ ਤਰ੍ਹਾਂ ਅਰੁਣ ਜੇਤਲੀ ਨੇ, ਮਰਹੂਮ ਹੁਣ ਤਾਂ ਇਸ ਦੁਨੀਆਂ ਤੇ ਰਹੇ ਨੀ, ਇਹਨਾਂ ਨੇ ਡਿਗਰੀਆਂ ਦਿਖਾਈਆਂ ਸੀ ਪ੍ਰੈਸ ਕਾਨਫਰੰਸ ਕਰਕੇ, ਲੇਕਿਨ ਇਸ ਦੇ ਬਾਵਜੂਦ ਵੀ ਇਹਨਾਂ ਤੇ ਇਲਜ਼ਾਮ ਲੱਗੇ ਸੀ। ਅਰਵਿੰਦ ਕੇਜਰੀਵਾਲ ਨੇ RTI ਦੇ ਅਧੀਨ, ਰਾਈਟ ਟੂ ਇਨਫੋਰਮੇਸ਼ਨ ਐਕਟ ਦੇ ਅਧੀਨ ਇੱਕ ਅਰਜ਼ੀ ਲਾਤੀ ਚੀਫ ਇਨਫੋਰਮੇਸ਼ਨ ਕਮਿਸ਼ਨ ਭਾਰਤ ਦੇ, ਉਹਨਾਂ ਨੇ ਆਰਡਰ ਕਰਤਾ ਕਿ ਡਿਗਰੀਆਂ ਦਿਖਾਈਆਂ ਜਾਣ। ਇਸ ਆਰਡਰ ਨੂੰ ਲੈ ਕੇ ਜਦੋਂ ਗੁਜਰਾਤ ਯੂਨੀਵਰਸਿਟੀ ਹਾਈ ਕੋਰਟ ਦੇ ਵਿੱਚ ਚਲੀ ਗਈ, ਗੁਜਰਾਤ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਸਟੇ ਲਾਤੀ। ਇਸ ਉੱਤੇ ਜਦੋਂ ਅਰਵਿੰਦ ਕੇਜਰੀਵਾਲ ਨੇ ਜਾਂ ਸੰਜੇ ਸਿੰਘ ਨੇ ਟਿੱਪਣੀਆਂ ਕੀਤੀਆਂ, ਇਸ ਨੂੰ ਗੁਜਰਾਤ ਯੂਨੀਵਰਸਿਟੀ ਨੇ ਮਾਨਹਾਨੀ ਮੰਨਿਆ, ਕੰਟੈਂਪਟ ਮੰਨਿਆ, ਉਹਨਾਂ ਨੇ ਇੱਕ ਮਾਮਲਾ ਦਾਇਰ ਕਰਤਾ ਕੰਟੈਂਪਟ ਦਾ ਗੁਜਰਾਤ ਹਾਈ ਕੋਰਟ ਦੇ ਵਿੱਚ, ਰਜਿਸਟਰਾਰ ਸੀ ਉੱਥੋਂ ਦੇ, ਹੁਣ ਇਸੇ ਮਾਮਲੇ ਨੂੰ ਲੈ ਕੇ ਗਏ ਸੀ ਪਰ ਖਾਰਿਜ ਹੋ ਗਿਆ। ਹੁਣ ਇੱਥੇ ਇਹ ਗੱਲ ਆਉਂਦੀ ਆ ਕਿ ਕੀ ਇਹ ਜਿਹੜਾ ਮਾਮਲਾ ਹੈ ਅੱਗੇ ਚੱਲੂਗਾ। ਹੁਣ ਤੁਸੀਂ ਦੇਖੋ, ਤੁਸ਼ਾਰ ਮਹਿਤਾ ਉਹ ਭਾਰਤ ਦੇ ਸੋਲਿਸਿਟਰ ਜਨਰਲ ਨੇ, ਯਾਨੀ ਕਿ ਭਾਰਤ ਦੇ ਦੂਸਰੇ ਨੰਬਰ ਦੇ ਸਰਕਾਰੀ ਵਕੀਲ, ਉਹਨਾਂ ਨੇ ਤਾਂ ਸੁਪਰੀਮ ਕੋਰਟ ਦੇ ਵਿੱਚ ਇਹ ਗੱਲ ਕਹੀ ਆ ਕਿ ਅਰਵਿੰਦ ਕੇਜਰੀਵਾਲ ਮਸ਼ਹੂਰ ਆ ਇਲਜ਼ਾਮ ਲਾਉਣ ਦੇ ਵਿੱਚ, ਬਾਅਦ ਦੇ ਵਿੱਚ ਮਾਫੀਆ ਮੰਗਣ ਦੇ ਵਿੱਚ ਵੀ ਮਸ਼ਹੂਰ ਆ। ਜੀ ਵਾਸੂ ਜੀ, ਮਨਪ੍ਰੀਤ ਜੀ, ਲਾਈਨ ਆਫ ਐਕਚੁਅਲ ਕੰਟਰੋਲ ਨੂੰ ਲੈ ਕੇ ਇੰਡੀਆ ਤੇ ਚਾਈਨਾ ਦੇ ਵਿਚਕਾਰ ਕੀ ਰਾਜ਼ੀਨਾਮਾ ਹੋਇਆ ਜੀ? ਦੇਖੋ, ਐਗਰੀਮੈਂਟ ਹੋਇਆ ਇਹਨਾਂ ਦੇ ਵਿੱਚ ਕਿ ਜਿਹੜੀ ਕਾਫੀ ਦੇਰ ਤੋਂ ਆਪਸ ਦੇ ਵਿੱਚ ਇੱਕ ਤਰ੍ਹਾਂ ਦਾ ਤਣਾਅ ਚੱਲ ਰਿਹਾ ਸੀ, ਲੜਾਈ ਚੱਲ ਰਹੀ ਸੀ, ਉਹ ਸੁਬਰਾਮਨੀਅਮ ਜੈਸ਼ੰਕਰ ਭਾਰਤ ਦੇ ਵਿਦੇਸ਼ ਮੰਤਰੀ ਆ, ਉਹਨਾਂ ਨੇ ਕਿਹਾ ਕਿ ਸਾਡੇ ਦੇ ਵਿੱਚ ਲਗਭਗ ਸਾਰੇ ਜਿਹੜੇ ਮਸਲੇ ਆ ਉਹ ਹੱਲ ਹੋ ਗਏ ਆ, ਪੈਟਰੋਲਿੰਗ ਨੂੰ ਲੈ ਕੇ, ਅਸੀਂ ਟੈਰੀਟਰੀ ਨੂੰ ਲੈ ਕੇ, ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ। ਪਰ ਉਹਨਾਂ ਨੇ ਇਹ ਗੱਲ ਕਹੀ ਆ ਕਿ 75% ਮਸਲੇ ਹਜੇ ਹੱਲ ਹੋਏ ਆ, ਹਜੇ 25%, ਹੁਣ 75% ਕਿਹੜੇ ਆ, ਇਹ ਗੱਲਾਂ ਤਾਂ ਉਹਨਾਂ ਨੇ ਕਹੀਆਂ ਨੀ। ਤੁਸੀਂ ਇੱਕ ਚੀਜ਼ ਇੱਥੇ ਇਹ ਸਮਝਣ ਦੀ ਸਾਨੂੰ ਲੋੜ ਆ ਕਿ ਭਾਰਤ ਦੇ ਵਿੱਚ ਸੰਨ 2020 ਤੋਂ ਹੀ ਇਹ ਤਣਾਅ ਚੱਲ ਰਿਹਾ ਲਾਈਨ ਆਫ ਐਕਚੁਅਲ ਕੰਟਰੋਲ ਤੇ। ਪਹਿਲਾਂ ਤਾਂ ਤੁਹਾਨੂੰ ਯਾਦ ਆ ਈਸਟਰਨ ਲਦਾਖ ਦੇ ਵਿੱਚ ਗਲਵਾਨ ਵੈਲੀ ਦੇ ਵਿੱਚ ਕਿਸ ਤਰ੍ਹਾਂ ਸ਼ੁਰੂਆਤੀ ਦੌਰ ਦੇ ਵਿੱਚ ਭਾਰਤ ਦੇ 20 ਫੌਜੀ ਉੱਥੇ ਮਾਰੇ ਜਾਂਦੇ ਆ, ਪਰ ਭਾਰਤ ਕਬੂਲ ਕਿੰਨੇ ਕਰਦਾ? ਕੇਵਲ ਤੇ ਕੇਵਲ 3। ਬਾਅਦ ਦੇ ਵਿੱਚ ਉਹਨਾਂ ਨੂੰ ਮੰਨਣਾ ਪੈਂਦਾ, ਜਦੋਂ ਇਹਨਾਂ ਨੇ ਇਹ ਵੀ ਦੱਸਿਆ ਕਿ ਈਵਨ ਚੀਨ ਦੀ ਆਰਮੀ ਦੇ ਉੱਥੇ ਵੀ ਲਗਭਗ 6 ਫੌਜੀ ਅਸੀਂ ਮਾਰ ਦਿੱਤੇ ਨੇ। ਇਹ ਸਾਰਾ ਕੁਝ ਬਾਅਦ ਦੇ ਵਿੱਚ ਖਬਰਾਂ ਦੇ ਵਿੱਚ ਆਉਂਦਾ। ਉਸ ਤੋਂ ਬਾਅਦ ਆਪੋਜੀਸ਼ਨ ਪਾਰਟੀਆਂ ਲਗਾਤਾਰ ਰੌਲਾ ਪਾਉਣੀਆਂ ਸ਼ੁਰੂ ਕਰ ਦਿੰਦੀਆਂ ਕਿ ਸਾਡੀ ਟੈਰੀਟਰੀ ਇਹ ਕਬਜ਼ਾ ਰਹੇ ਨੇ, ਖਾਸ ਤੌਰ ਤੇ ਲਦਾਖ ਦੇ ਨਾਲ, ਈਸਟਰਨ ਲਦਾਖ ਦੇ ਵਿੱਚ
ਬਲਕਿ ਸਤੰਬਰ ਦੇ ਮਹੀਨੇ ਦੇ ਵਿੱਚ ਰਾਹੁਲ ਗਾਂਧੀ ਜਦੋਂ ਜਾਂਦੇ ਆ ਅਮਰੀਕਾ ਦੇ ਵਿੱਚ, ਇਹਨਾਂ ਨੇ ਉੱਥੇ ਬਿਆਨ ਦਿੱਤਾ ਸੀ ਜਾ ਕੇ ਅਧਿਕਾਰਿਕ ਤੌਰ ਤੇ ਕਿ 4,000 ਸਕੁਅਰ ਕਿਲੋਮੀਟਰ ਦਾ ਏਰੀਆ ਉਹਨਾਂ ਨੇ ਰੋਕਿਆ ਹੋਇਆ, ਇੱਥੋਂ ਤੱਕ ਕਿਹਾ ਸੀ। ਔਰ ਇਹ ਕਿੰਨਾ 4,000, ਕਹਿੰਦੇ ਲਗਭਗ ਜਿੰਨਾ ਕੁ ਦਿੱਲੀ ਆ, ਤੇ ਇਹਨੂੰ ਛਡਾਇਆ ਕਿਉਂ ਨਹੀਂ ਜਾਂਦਾ। ਤੀਸਰੀ ਜਿਹੜੀ ਸਭ ਤੋਂ ਮਹੱਤਵਪੂਰਨ ਗੱਲ ਇਹ ਸੀ ਕਿ ਪਹਿਲਾਂ ਸੰਨ 2020 ਤੋਂ ਬਾਅਦ ਪਹਿਲਾਂ ਭਾਰਤ ਦੀਆਂ ਫੌਜਾਂ ਪੈਟਰੋਲਿੰਗ ਜਿਹੜੀਆਂ ਈਸਟਰਨ ਲਦਾਖ ਹੋਇਆ ਜਾਂ ਜਿਹੜੀਆਂ ਵੀ ਟੈਰੀਟਰੀ ਲਾਈਨ ਆਫ ਐਕਚੁਅਲ ਕੰਟਰੋਲ ਦੇ ਨਾਲ ਨਾਲ ਸਾਡੀ ਲੱਗਦੀ ਆ, ਉੱਥੇ ਸਾਡੀਆਂ ਫੌਜਾਂ ਪੈਟਰੋਲਿੰਗ ਕਰਦੀਆਂ ਹੁੰਦੀਆਂ ਸੀ। 65 ਇਸ ਤਰ੍ਹਾਂ ਦੇ ਪੁਆਇੰਟ ਸੀ, ਪਰ ਬਾਅਦ ਦੇ ਵਿੱਚ ਪਤਾ ਲੱਗਾ ਕਿ 26 ਪੁਆਇੰਟ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਤੇ ਭਾਰਤ ਦੀਆਂ ਫੌਜਾਂ ਜਾ ਹੀ ਨਹੀਂ ਸਕਦੀਆਂ। ਔਰ ਇੱਕ IPS ਆਫਿਸਰ ਨੇ ਆਪਣੇ ਰਿਸਰਚ ਪੇਪਰ ਦੇ ਵਿੱਚ ਇਹ ਸਾਰੇ ਖੁਲਾਸੇ ਕੀਤੇ, ਉਸ ਉੱਤੇ ਵੀ ਕਿਸੇ ਤਰ੍ਹਾਂ ਦਾ ਬਿਆਨ ਨਹੀਂ ਆਇਆ। ਲਗਾਤਾਰ ਜਦੋਂ ਵੀ ਭਾਰਤ ਸਰਕਾਰ ਨੂੰ ਸਵਾਲ ਪੁੱਛੇ ਜਾਂਦੇ ਨੇ ਉਹ ਟਾਲਦੇ ਰਹਿੰਦੇ ਸੀ, ਬਲਕਿ ਇੱਕ ਵਾਰੀ ਇਸੇ ਜੈਸ਼ੰਕਰ ਨੇ ਇੰਟਰਵਿਊ ਦੇ ਵਿੱਚ ਇੱਥੋਂ ਤੱਕ ਕਹਿਤਾ ਸੀ, ਕਹਿੰਦੇ ਜੀ ਚੀਨ ਇੱਕ ਬਹੁਤ ਵੱਡੀ ਤਾਕਤ ਆ, ਇਕਨੋਮਿਕ ਪਾਵਰ ਆ, ਅਸੀਂ ਤਾਂ ਇਹਦੇ ਨਾਲ ਲੜ ਹੀ ਨਹੀਂ ਸਕਦੇ। ਇੱਥੋਂ ਤੱਕ ਇਹਨਾਂ ਨੇ ਖੁਲਾਸਾ ਕਰਤਾ ਸੀ। ਹੁਣ ਦੇਖਦੇ ਹਾਂ ਕਿ ਇਹਨਾਂ ਨੇ ਗੱਲਾਂ ਤਾਂ ਕਹੀਆਂ ਪਰ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਇਹਨਾਂ ਨੇ ਅੱਜ ਤੱਕ ਤਾਂ ਇਸ ਉੱਤੇ ਜਵਾਬ ਦਿੱਤਾ ਨਹੀਂ, ਪਰ ਹੁਣ ਕਹਿ ਰਹੇ ਆ ਕਿ ਸਾਡੇ ਅੰਦਰ ਐਗਰੀਮੈਂਟ ਹੋ ਰਹੇ ਨੇ, ਸਾਡੇ ਅੰਦਰ ਕਿਸੇ ਨਾ ਕਿਸੇ ਤਰ੍ਹਾਂ ਦੀ ਸਹਿਮਤੀ ਹੋ ਗਈ ਆ। ਹਜੇ ਤੱਕ ਚੀਨ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਅਧਿਕਾਰਿਕ ਬਿਆਨ ਨਹੀਂ ਆਇਆ, ਕੇਵਲ ਤੇ ਕੇਵਲ ਭਾਰਤ ਵੱਲੋਂ ਆਇਆ। ਦੇਖਦੇ ਹਾਂ ਕਿ ਚੀਨ ਵੀ ਇਸ ਉੱਤੇ ਕੋਈ ਆਪਣੀ ਸਹਿਮਤੀ ਪ੍ਰਗਟ ਕਰਦਾ ਜਾਂ ਨਹੀਂ ਕਰਦਾ, ਜਾਂ ਕੇਵਲ ਭਾਰਤ ਦੇ ਦਾਅਵੇ ਰਹਿ ਜਾਂਦੇ ਆ। ਜੀ ਵਾਸੂ ਜੀ। ਤੇ ਮਨਪ੍ਰੀਤ ਜੀ, ਕੈਨੇਡਾ ਵਿੱਚੋਂ ਵਾਪਸ ਬੁਲਾਏ ਗਏ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਹੁਣ ਹਰਦੀਪ ਸਿੰਘ ਨਿੱਜਰ ਦੇ ਕਤਲ ਬਾਰੇ ਕੀ ਕਹਿ ਰਹੇ ਨੇ? ਦੇਖੋ, ਅਮੂਮਨ ਮੈਨੂੰ ਨਹੀਂ ਲੱਗਦਾ ਕੋਈ ਵੀ ਦੁਨੀਆਂ ਦਾ ਮੁਲਕ ਔਰ ਖਾਸ ਤੌਰ ਤੇ ਕੋਈ ਇੰਨਾ ਅਹਿਮ ਵਿਅਕਤੀ ਜਿਹੜਾ ਹਾਈ ਕਮਿਸ਼ਨਰ ਰਿਹਾ ਹੋਵੇ ਉਹ ਇਸ ਤਰ੍ਹਾਂ ਦੀ ਕੋਈ ਗੱਲ ਕਰੂਗਾ ਕਿ ਦੇਖੋ ਜੀ ਅਸੀਂ ਸ਼ਾਮਿਲ ਹਾਂ। ਉਹਨਾਂ ਦਾ ਬਿਆਨ ਇਹੀ ਬਣਦਾ ਸੀ, ਉਹਨਾਂ ਨੇ ਇੱਥੇ ਆ ਕੇ ਬਿਆਨ ਦਿੱਤਾ, ਬਲਕਿ ਉੱਥੇ ਹੀ ਵਾਸੂ ਜੀ ਤੁਹਾਡੇ ਉੱਥੇ ਜਿਹੜਾ ਟੀਵੀ ਚੈਨਲ ਆ CTV, ਉਸ ਨੂੰ ਉਹ ਇੰਟਰਵਿਊ ਦੇ ਰਹੇ ਸੀ CTV ਨੂੰ, ਤੇ ਉੱਥੇ ਉਹ ਕਹਿ ਰਹੇ ਸੀ, ਕਹਿੰਦੇ ਜੀ ਮੇਰਾ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਹੱਥ। ਹੁਣ ਤੁਸੀਂ ਦੇਖੋ ਕਿ ਭਾਰਤ ਸਰਕਾਰ ਦਾ ਵੀ ਬਲਕਿ ਇਹੀ ਸਟੈਂਡ ਆ। ਜਿੰਨਾ ਦਿਨਾਂ ਦੇ ਵਿੱਚ ਇਹਨਾਂ ਨੂੰ ਐਕਸਪੈਲ ਕਰਨ ਤੋਂ ਪਹਿਲਾਂ ਤਾਂ ਮੈਂ ਇਹ ਦੱਸਦਾ ਕਿ ਭਾਰਤ ਸਰਕਾਰ ਲਗਾਤਾਰ ਇਹ ਕਹਿ ਰਹੀ ਹੈ ਕਿ ਅਸੀਂ ਇਹਨਾਂ ਨੂੰ ਬੁਲਾਇਆ ਕੋਈ ਨਹੀਂ, ਐਕਸਪੈਲ ਕੀਤਾ ਗਿਆ, ਉੱਥੋਂ ਕੱਢਿਆ ਗਿਆ। ਉਸ ਤੋਂ ਪਹਿਲਾਂ ਕੈਨੇਡਾ ਦੀ ਸਰਕਾਰ ਨੇ ਕੋਸ਼ਿਸ਼ ਕੀਤੀ ਸੀ, ਤੁਹਾਡੀ ਬਿਲਕੁਲ ਨੌਲੇਜ ਦੇ ਵਿੱਚ ਹੋਊਗਾ, ਕਿ ਇਹਨਾਂ 6 ਡਿਪਲੋਮੈਟਸ ਦੀ ਇਮਿਊਨਿਟੀ ਖਤਮ ਕਰਕੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਵੇ, ਪਰ ਭਾਰਤ ਸਰਕਾਰ ਨੇ ਇਜਾਜ਼ਤ ਨਹੀਂ ਦਿੱਤੀ। ਇਸੇ ਕਰਕੇ ਇਹਨਾਂ ਨੂੰ ਵਾਪਸ ਬੁਲਾਉਣਾ ਪਿਆ, ਤੇ ਜੇ ਵਾਕਿਆ ਲੱਗਦਾ ਸੀ ਕਿ ਤੁਹਾਡਾ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਹੱਥ ਨਹੀਂ ਹੈ ਤੇ ਪੁੱਛ ਲੈਣ ਦਿੰਦੇ, ਜਿਹੜਾ ਮਰਜ਼ੀ ਸਵਾਲ ਪੁੱਛਦੇ ਜਦ ਆਪਣੀ ਸ਼ਮੂਲੀਅਤ ਹੀ ਨਹੀਂ ਆ, ਤੇ ਫਿਰ ਸਵਾਲ ਪੁੱਛਣ ਦੇ ਵਿੱਚ ਜਾਂ ਦੱਸਣ ਦੇ ਵਿੱਚ ਕੀ ਹਰਜ਼ਾ। ਦੂਸਰੀ ਜਿਹੜੀ ਇਹਨਾਂ ਨੇ ਇੱਕ ਅਹਿਮ ਗੱਲ ਕਹਿਤੀ ਆ ਸੰਜੇ ਕੁਮਾਰ ਵਰਮਾ ਨੇ, ਜਿਹੜੀ ਕਿ ਇਹਨਾਂ ਨੂੰ ਕਹਿਣੀ ਨਹੀਂ ਸੀ ਚਾਹੀਦੀ, ਕਹਿੰਦੇ ਜੀ ਦਰਅਸਲ ਜਿਹੜੀਆਂ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਆ ਉਹ ਤਾਂ G7 ਮੁਲਕਾਂ ਦੇ ਵਿੱਚ ਵੀ ਹੁੰਦੀਆਂ। ਹਾਲਾਂਕਿ ਇਹਨਾਂ ਨੇ ਕਿਸੇ ਦਾ ਨਾਮ ਨਹੀਂ ਲਿੱਤਾ, ਪਰ ਇਹ ਗੱਲ ਆਪਣੇ ਆਪ ਦੇ ਵਿੱਚ ਕਹਿਣੀ ਇਸ ਤਰ੍ਹਾਂ ਲੱਗਦਾ ਕਿ ਤੁਸੀਂ ਇਹਨਾਂ ਗੱਲਾਂ ਨੂੰ ਜਸਟੀਫਾਈ ਕਰ ਰਹੇ ਹੋ ਕਿ ਜੇ ਸਾਡੇ ਤੋਂ ਵੀ ਹੋਊਗੀ ਤਾਂ ਕੀ ਗੱਲ ਆ ਜੀ, ਜਾਂ ਤੁਸੀਂ ਉਹਨਾਂ ਮੁਲਕਾਂ ਤੇ ਇਲਜ਼ਾਮ ਲਾ ਰਹੇ ਹੋ। ਔਰ ਸਾਰੇ ਉਹ ਡਿਵੈਲਪ ਮੁਲਕਾਂ, ਤੁਹਾਡਾ ਕੈਨੇਡਾ ਉਹਦੇ ਵਿੱਚ ਆ, US ਆ, UK ਆ, ਫਰਾਂਸ ਆ, ਇਟਲੀ ਆ, ਜਰਮਨੀ ਆ, ਉਹਦੇ ਵਿੱਚ ਜਪਾਨ ਆ, ਤੇ ਕੀ ਜਿਹੜੇ ਇਹ ਜਿਹੜੇ ਆਲਰੇਡੀ ਮੁਲਕ ਆ ਉਹ ਕੈਨੇਡਾ ਦਾ ਸਾਥ ਦੇ ਰਹੇ ਜਾਂ ਅਮਰੀਕਾ ਦੇ ਨਾਲ ਖੜੇ ਆ, ਉਹ ਇਹਨਾਂ ਗੱਲਾਂ ਤੋਂ ਉਹਨਾਂ ਨੂੰ ਇਤਰਾਜ਼ ਨਹੀਂ ਹੋਊਗਾ। ਤੀਸਰੀ ਉਹਨਾਂ ਨੇ ਅਹਿਮ ਗੱਲ ਕਹੀ ਹੈ ਕਿ ਦੇਖੋ ਜੀ ਕੈਨੇਡਾ ਤਾਂ ਖਾਲਿਸਤਾਨੀ ਐਲੀਮੈਂਟਸ ਨੂੰ ਜਿਹੜੇ ਸਮਰਥਕ ਆ ਉਹਨਾਂ ਦਾ ਬੜਾ ਸਮਰਥਕ ਆ, ਕਹਿੰਦਾ ਉਹਨਾਂ ਲਈ ਇੱਕ ਤਰ੍ਹਾਂ ਦੇ ਅਸੈਟਸ ਨੇ, ਉਹਨਾਂ ਨੂੰ ਇਹ ਸੰਭਾਲ ਕੇ ਰੱਖਦਾ, ਇਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਗਈਆਂ ਨੇ। ਸੋ ਦੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਕੈਨੇਡਾ ਦਾ ਇਸ ਉੱਤੇ ਕੀ ਰਿਸਪੌਂਸ ਆਉਂਦਾ। ਜੀ ਵਾਸੂ ਜੀ। ਤੇ ਮਨਪ੍ਰੀਤ ਜੀ, ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਨੂੰ ਲੈ ਕੇ ਦਿੱਕਤਾਂ ਆਉਣੀਆਂ ਜਾਰੀ ਨੇ? ਬਹੁਤ ਦਿੱਕਤਾਂ, ਬਹੁਤ ਮੁਸ਼ਕਲਾਂ। ਤੇ ਜੇ ਵਾਸੂ ਜੀ ਮੈਂ ਇਹ ਕਹਿੰਦਾ ਕਿ ਜੇ ਇਸੇ ਤਰ੍ਹਾਂ ਦੇ ਹਾਲਾਤ ਰਹੇ ਤੇ ਆਉਣ ਵਾਲੀ ਜਿਹੜੀ ਦੀਵਾਲੀ ਆ ਕਿਸਾਨਾਂ ਦੇ ਲਈ ਖਾਸ ਤੌਰ ਤੇ, ਈਵਨ ਕਿ ਆੜਤੀਆਂ ਦੇ ਲਈ, ਸ਼ੈਲਰ ਮਾਲਕਾਂ ਦੇ ਲਈ ਕਾਲੀ ਦੀਵਾਲੀ ਸਾਬਤ ਹੋਣ ਜਾ ਰਹੀ ਆ, ਤੇ ਕੋਈ ਅਤਕਥਨੀ ਨਹੀਂ ਹੋਏਗੀ। ਹਾਲਾਤ ਇਹੀ ਆ, ਗਲੱਟ ਹੋਇਆ ਹੋਇਆ ਪਿਆ। ਕੇਂਦਰ ਸਰਕਾਰ ਦੇ ਇਹਦੇ ਵਿੱਚ ਇਹ ਕਸੂਰ ਆ ਕਿ ਕੇਂਦਰ ਸਰਕਾਰ ਨੇ ਹਜੇ ਤੱਕ ਜਿਹੜਾ ਪੁਰਾਣਾ ਉੱਥੇ ਮਾਲ ਪਿਆ ਉਹਦੀ ਲਿਫਟਿੰਗ ਨਹੀਂ ਕਰਵਾਈ, ਉਹਨੂੰ ਕਲੀਅਰ ਨਹੀਂ ਕਰਵਾਇਆ। ਜਿੰਨੀ ਦੇਰ ਤੱਕ ਸਪੇਸ ਨਹੀਂ ਕ੍ਰੀਏਟ ਹੋਊਗੀ, ਜਗ੍ਹਾ ਨਹੀਂ ਬਣੀ ਹੋਊਗੀ, ਤੇ ਨਵੀਂ ਜਿਹੜੀ ਪੈਡੀ ਦੀ ਫਸਲ ਆ ਜਾਂ ਜਿਹੜੀ ਜਿਨਸ ਆ ਉਹ ਕਿਸ ਤਰ੍ਹਾਂ ਆਏਗੀ। ਇਸੇ ਤਰ੍ਹਾਂ ਆੜਤੀਆਂ ਦਾ ਵੀ ਰੌਲਾ ਚੱਲ ਰਿਹਾ। ਸ਼ੈਲਰ ਮਾਲਕ ਜਿਹੜੇ ਆ ਉਹ 2,000 ਦੇ ਕਰੀਬ ਤਾਂ ਮੰਨ ਗਿਆ ਕਿ ਅਸੀਂ ਆ ਕੇ ਮਿਲਿੰਗ ਸ਼ੁਰੂ ਕਰ ਦਿੰਦੇ ਹਾਂ, ਪਰ 3,500 ਦੇ ਕਰੀਬ ਹਜੇ ਵੀ ਸਰਕਾਰ ਦੇ ਨਾਲ ਸਹਿਮਤ ਨਹੀਂ ਹੈ। ਅਗਲੀ ਜਿਹੜੀ ਪ੍ਰੋਬਲਮ ਆਈ ਹੋਈ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਜਿੰਨੀਆਂ ਇੱਥੇ ਚੋਣਾਂ ਹੋਣ ਜਾ ਰਹੀਆਂ ਨੇ, 22 ਇਲੈਕਸ਼ਨ 4 ਤੁਹਾਨੂੰ ਪਤਾ ਹੀ ਆ ਅਸੈਂਬਲੀ ਸੈਗਮੈਂਟ ਤੇ, ਉੱਥੇ ਮੁੱਦਾ ਵੀ ਬਣੇਗਾ। ਇਸ ਟਾਈਮ ਬੜੀ ਐਕਿਊਟ ਸ਼ਾਰਟੇਜ ਆ ਬਹੁਤ ਜ਼ਿਆਦਾ, ਉਹ ਹੈ DAP, ਡਾਇਆ ਅਮੋਨੀਅਮ ਫੋਸਫੇਟ, ਜਿਹਨੂੰ ਆਪਾਂ ਕਹਿੰਦੇ ਹਾਂ ਫਰਟੀਲਾਈਜ਼ਰ ਆ, ਇੱਕ ਖਾਦ ਆ ਜਿਹਦੀ ਕਿ ਕਿਸਾਨੀ ਲਈ ਬਹੁਤ ਬੇਹੱਦ ਜ਼ਰੂਰਤ ਹੁੰਦੀ ਆ। ਕਈ ਮਹੀਨਿਆਂ ਤੋਂ ਇਹ ਰੌਲਾ ਪਾਇਆ ਜਾ ਰਿਹਾ ਕਿ ਇੱਥੇ ਖਾਦ ਆ, ਇਹਨੂੰ ਪੂਰੀ ਕਰ ਲਓ, ਕਹਿੰਦੇ ਸੀ ਅਸੀਂ ਪੂਰੀ ਕਰ ਲਾਂਗੇ, ਇਹ ਪੰਜਾਬ ਸਰਕਾਰ ਦੀ ਇੱਕ ਤਰ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀ। ਸੋ ਇਸ ਟਾਈਮ ਲੱਗਦਾ ਕਿ ਪੰਜਾਬ ਦਾ ਕਿਸਾਨ ਫਿਰ ਇੱਕ ਵਾਰੀ ਘਿਰਿਆ ਬੈਠਿਆ, ਜਿੱਥੇ ਲੋਕ
किसान ਜਾਂ ਤਾਂ ਜਾ ਕੇ MLA ਦੇ ਘਰਾਂ ਦੇ ਬੂਹਿਆਂ ਦੇ ਬਾਹਰ ਬੈਠਾ ਜਾਂ ਸੜਕਾਂ ਤੇ ਬੈਠਾ ਜਾਂ ਟੋਲ ਪਲਾਜ਼ਿਆਂ ਤੇ ਬੈਠਾ ਤੇ ਜਾਂ ਉਹ ਮੰਡੀਆਂ ਦੇ ਵਿੱਚ ਬੈਠਾ ਇਹ ਉਡੀਕ ਕਰਨ ਲਈ ਕਿ ਉਹਨਾਂ ਨੂੰ ਭੁਗਤਾਨ ਕਦੋਂ ਹੁੰਦਾ ਜੀ ਵਾਸੂ ਜੀ ਤੇ ਮਨਪ੍ਰੀਤ ਜੀ ਵਾਇਨਾਡ ਦੇ ਵਿੱਚ ਹੁਣ ਜ਼ਿਮਨੀ ਚੋਣ ਹੋਣੀ ਹੈ ਤੇ ਪ੍ਰਿਯੰਕਾ ਗਾਂਧੀ ਉੱਥੋਂ ਅੱਜ ਆਪਣੇ ਨੋਮੀਨੇਸ਼ਨ ਦੇ ਕਾਗਜ਼ ਭਰਨਗੇ ਦੇਖੋ ਪ੍ਰਿਯੰਕਾ ਗਾਂਧੀ ਨੇ ਇੱਕ ਸੁਰੱਖਿਅਤ ਸੇਫ ਸੀਟ ਚੁਣੀ ਹੈ ਜਿਹੜੀ ਕਿ ਇਹਨਾਂ ਦੇ ਆਪਣੇ ਭਰਾ ਰਾਹੁਲ ਗਾਂਧੀ ਨੇ ਖਾਲੀ ਕੀਤੀ ਸੀ ਦੋ ਸੀਟਾਂ ਤੋਂ ਲੜੇ ਸੀ ਆਪਾਂ ਨੂੰ ਪਤਾ ਰਾਏਬਰੇਲੀ ਦੀ ਸੀਟ ਉਹਨਾਂ ਨੇ ਇਸ ਕਰਕੇ ਰੱਖ ਲਈ ਕਿਉਂਕਿ ਉੱਤਰ ਪ੍ਰਦੇਸ਼ ਦੇ ਵਿੱਚ ਕਾਂਗਰਸ ਨੂੰ ਲੱਗਦਾ ਕਿ ਅਸੀਂ ਹੌਲੀ ਹੌਲੀ ਪੈਰ ਜਮਾ ਸਕਦੇ ਹਾਂ ਕੇਰਲ ਦੇ ਵਿੱਚ ਇਹਨਾਂ ਨੂੰ ਪਹਿਲਾਂ ਬਹੁਤ ਸਮਰਥਨ ਪ੍ਰਾਪਤ ਆ ਹੁਣ ਪ੍ਰਿਯੰਕਾ ਗਾਂਧੀ ਸੰਨ 2019 ਦੇ ਵਿੱਚ ਅਧਿਕਾਰਿਕ ਤੌਰ ਤੇ ਲਗਭਗ ਇਹ ਪੋਲਿਟਿਕਸ ਵਿੱਚ ਐਂਟਰ ਹੋ ਗਈ ਸੀ ਪਰ ਇਹਨੇ ਕਦੇ ਚੋਣ ਨਹੀਂ ਲੜੀ ਇਹਨੂੰ ਜਦੋਂ ਕਿਹਾ ਗਿਆ ਸੀ ਵਾਰਾਣਸੀ ਤੋਂ ਤੂੰ ਜਾ ਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਚੋਣ ਲੜ ਤੇ ਉਦੋਂ ਇਹ ਡਰ ਗਈ ਸੀ ਯਾਨੀ ਕਿ ਇਹਨੂੰ ਲੱਗਦਾ ਸੀ ਮੈਂ ਹਾਰ ਜੂਗੀ ਹਾਲਾਂਕਿ ਰਾਹੁਲ ਗਾਂਧੀ ਨੇ ਬਿਆਨ ਬੜੇ ਦਿੱਤੇ ਕਿ ਦੇਖੋ ਜੀ ਐਤਕੀ ਉਹਨਾਂ ਦਾ ਮਾਰਜਿਨ ਬਹੁਤ ਘੱਟ ਗਿਆ ਜੇ ਚੋਣ ਲੜੀ ਹੁੰਦੀ ਤਾਂ ਸ਼ਾਇਦ ਤੁਸੀਂ ਜਿੱਤ ਵੀ ਸਕਦੇ ਸੀ ਖੈਰ ਇਹ ਆਪਣੇ ਆਪਣੇ ਦਾਅਵੇ ਨੇ ਪਰ ਫਾਈਨਲੀ ਇਹ ਅੱਜ ਉੱਥੇ ਨੋਮੀਨੇਸ਼ਨ ਭਰਨ ਜਾ ਰਹੇ ਆ ਕਾਂਗਰਸ ਵੀ ਚਾਹੁੰਦੀ ਸੀ ਕਿ ਇਹਨਾਂ ਨੂੰ ਇੱਕ ਸੁਰੱਖਿਅਤ ਸੀਟ ਤੋਂ ਲੜਾ ਕੇ ਚੁੱਪ ਚੁਪੀਤੇ ਇਹਨਾਂ ਨੂੰ ਪਾਰਲੀਮੈਂਟ ਦੇ ਵਿੱਚ ਪਹਿਲਾਂ ਲਿਆਂਦਾ ਜਾਵੇ ਤੇ ਫਿਰ ਅੱਗੇ ਦੇਖਾਂਗੇ ਇਹਦੇ ਨਾਲ ਭੈਣ ਭਰਾ ਦੀ ਜੋੜੀ ਮਿਲ ਕੇ ਉਸੇ ਤਾਂ ਕੋਈ ਕਾਂਗਰਸ ਲਈ ਕੋਈ ਚਮਤਕਾਰ ਕਰ ਦੇਣਾ ਜੀ ਵਾਸੂ ਜੀ ਮਨਪ੍ਰੀਤ ਜੀ ਇਹਨਾਂ ਸਾਰੀਆਂ ਖਬਰਾਂ ਲਈ ਇਸ ਅਨਾਲਿਸਿਸ ਲਈ ਤੁਹਾਡਾ ਬਹੁਤ ਧੰਨਵਾਦ ਕੱਲ ਫਿਰ ਗੱਲਬਾਤ ਹੋਏਗੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਵਾਸੂ ਜੀ